ਸਤਿ ਸ਼੍ਰੀ ਅਕਾਲ ਦੋਸਤੋ, ਆਪਣਾ ਵਿਰਸਾ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਗੁੱਡ ਮਾਰਨਿੰਗ ਆਪਣਾ ਵਿਰਸਾ ਵਿੱਚ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਤੁਹਾਡੇ ਨਾਲ ਵੱਖ ਵੱਖ ਅਖ਼ਬਾਰਾਂ ਦੀਆਂ ਵੱਖ ਵੱਖ ਗੱਲਾਂ ਸਾਂਝੇ ਕਰਦੇ ਹਾਂ। ਵਿਜ ਨੇ ਫਿਰ ਬੋਲੇ ਕੋੜੇ ਬੋਲ, ਮਹਾਤਮਾ ਗਾਂਧੀ ਤੇ ਬਣੇ ਗੀਤ ਨੂੰ ਦੱਸਿਆ ਸ਼ਹੀਦਾਂ ਦਾ ਅਪਮਾਨ। ਕੀ ਖ਼ਬਰ ਹੈ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਜਾਵਾਂ। ਹਮੇਸ਼ਾ ਜੋ ਵਿਵਾਦ 'ਚ ਰਹਿਣ ਵਾਲੇ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਇੱਕ ਵਾਰ ਫਿਰ ਵੱਡਾ ਵਿਵਾਦ ਨੂੰ ਜਨਮ ਦਿੱਤਾ ਹੈ। ਵਿੱਚ ਅੰਬਾਲਾ ਛਾਉਣੀ 'ਚ 18 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸੁਭਾਸ਼ ਪਾਰਕ ਦੀ ਮੁਰੰਮਤ ਦੇ ਲਈ ਨੀਂਹ ਪੱਥਰ ਰੱਖਣ ਲਈ ਆਏ ਸਨ, ਜਿੱਥੇ ਉਹਨਾਂ ਨੇ ਇਹ ਗੱਲ ਕਹੀ। ਮਹਾਤਮਾ ਗਾਂਧੀ ਤੇ ਲੇਹ ਦੀ ਹਮੇ ਆਜ਼ਾਦੀ ਬਿਨਾ ਢਾਲ, ਸਰਬਮਤੀ ਦੇ ਸੰਤ ਤੂਨੇ ਕਰ ਦਿਆ ਕਮਾਲ ਗਾਇਆ ਹੈ, ਜਿਸ ਤੇ ਵਿੱਚ ਨੇ ਕਿਹਾ ਕਿ ਇਹ ਗੀਤ ਦੇਸ਼ ਦੇ ਲਈ ਸ਼ਹੀਦ ਹੋਏ ਸ਼ਹੀਦਾਂ ਦਾ ਅਪਮਾਨ ਹੈ। ਇਹ ਗੀਤ ਇਤਿਹਾਸ ਦੇ ਅਨੁਕੂਲ ਨਹੀਂ ਹੈ, ਜਿਸ ਤੇ ਵਿੱਚ ਨੇ ਕਿਹਾ ਕਿ ਇਹ ਗੀਤ ਦੇਸ਼ ਦੇ ਲਈ ਸ਼ਹੀਦ ਹੋਏ ਸ਼ਹੀਦਾਂ ਦਾ ਵੀ ਅਪਮਾਨ ਹੈ। ਇਹ ਗੀਤ ਇਤਿਹਾਸ ਦੇ ਅਨੁਕੂਲ ਨਹੀਂ ਹੈ। ਲੋਕਾਂ ਨੂੰ ਇਹ ਗੀਤ ਸੁਣਾ ਕੇ ਗੁੰਮਰਾਹ ਕੀਤਾ ਜਾਂਦਾ ਹੈ, ਕਿਉਂਕਿ ਦੇਸ਼ ਦੀ ਆਜ਼ਾਦੀ ਲਈ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਹਨ। ਰੁਕ ਕਰਦੇ ਹਾਂ ਅਸੀਂ ਆਪਣੀ ਅਗਲੀ ਖਬਰ ਵੱਲ। ਥਰੂਰ ਦੀ ਮਹਾਰਾਜਾ ਵਾਲੀ ਟਿੱਪਣੀ ਤੇ ਸਮ੍ਰਿਤੀ ਇਰਾਨੀ ਦਾ ਕਰਾਰਾ ਜਵਾਬ। ਕੀ ਖਬਰ ਹੈ ਤੁਹਾਡੇ ਨਾਲ ਸਾਂਝੀ ਕਰਦੀ ਜਾਵਾਂ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਇਤਿਹਾਸਿਕ ਪਿਛੋਕੜ ਤੇ ਬਣੀ ਫਿਲਮ ਪਦਮਾਵਤੀ ਨੂੰ ਲੈ ਕੇ ਜਾਰੀ ਵਿਵਾਦ ਤੇ ਕਾਂਗਰਸੀ ਨੇਤਾ ਸ਼ਸ਼ੀ ਥਰੂਰ ਦੀ ਮਹਾਰਾਜਾ ਵਾਲੀ ਟਿੱਪਣੀ ਨੂੰ ਲੈ ਕੇ ਉਹਨਾਂ ਤੇ ਨਿਸ਼ਾਨਾ ਬਣਾਇਆ ਹੈ। ਥਰੂਰ ਨੇ ਵੀਰਵਾਰ ਨੂੰ ਕਥਿਤ ਤੌਰ ਤੇ ਕਿਹਾ ਸੀ ਅਤੇ ਹੁਣ ਉਹ ਇੱਕ ਫਿਲਮਕਾਰ ਦੇ ਪਿੱਛੇ ਪਏ ਹੋਏ ਹਨ ਅਤੇ ਦਾਇਰ ਕਰ ਰਹੇ ਹਨ ਕਿ ਉਹਨਾਂ ਦਾ ਸਨਮਾਨ ਦਾਅ ਤੇ ਲੱਗ ਗਿਆ ਹੈ। ਥਰੂਰ ਦੀ ਟਿੱਪਣੀ ਤੇ ਟਵੀਟ ਕਰਦੇ ਹੋਏ ਸਮ੍ਰਿਤੀ ਇਰਾਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਰੇ ਮਹਾਰਾਜਾਵਾਂ ਦੀ ਬਰਤਾਨੀਆ ਦੇ ਅੱਗੇ ਗੋਡੇ ਟੇਕ ਦਿੱਤੇ ਸਨ। ਰੁਕ ਕਰਦੇ ਹਾਂ ਆਪਣੀ ਅਗਲੀ ਖਬਰ ਵੱਲ। ਪੀਓਕੇ ਨੂੰ ਲੈ ਕੇ ਫਾਰੂਕ ਨੇ ਫਿਰ ਦਿੱਤੀ ਵਿਵਾਦਪੂਰਨ ਬਿਆਨ। ਪਾਕ ਓਕੂਪਾਈਡ ਕਸ਼ਮੀਰ ਨੂੰ ਲੈ ਕੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਅੱਜ ਇੱਕ ਵਾਰ ਫਿਰ ਵਿਵਾਦਪੂਰਨ ਬਿਆਨ ਦਿੰਦੇ ਹੋਏ ਕਿਹਾ ਕਿ ਪਾਕ ਓਕੂਪਾਈਡ ਕਸ਼ਮੀਰ ਪੀਓਕੇ ਪਾਕਿਸਤਾਨ ਦਾ ਹਿੱਸਾ ਹੈ। ਕਿਹਾ ਜਾ ਰਿਹਾ ਹੈ ਕਿ ਉਹਨਾਂ ਦਾ ਵੀ ਇਹ ਬਿਆਨ ਕੇਂਦਰੀ ਮੰਤਰੀ ਹੰਸਰਾਜ ਅਹੀਰ ਦੇ ਬਿਆਨ ਤੇ ਪਲਟਵਾਰ ਹੈ। ਅਹੀਰ ਨੇ ਕਿਹਾ ਕਿ ਭਾਰਤ ਜੇਕਰ ਚਾਹੇ ਤਾਂ ਉਸ ਨੂੰ ਪੀਓਕੇ ਲੈਣ ਤੋਂ ਕੋਈ ਰੋਕ ਨਹੀਂ ਸਕਦਾ। ਰੁਕ ਕਰਦੇ ਹਾਂ ਆਪਣੀ ਅਗਲੀ ਖਬਰ ਵੱਲ। ਹਿਮਾਚਲ 'ਚ ਲਗਾਤਾਰ ਤੀਸਰੇ ਦਿਨ ਵੀ ਬਰਫ਼ਬਾਰੀ, ਠੰਡ ਵਧੀ। ਹਿਮਾਚਲ ਪ੍ਰਦੇਸ਼ 'ਚ ਕੁੱਲੂ, ਚੰਬਾ, ਕਿਨੌਰ ਅਤੇ ਲਾਹੌਲ ਸਪੀਤੀ ਦੀਆਂ ਉੱਚੀਆਂ ਚੋਟੀਆਂ ਦੇ ਪਿਛਲੇ 3 ਦਿਨਾਂ ਤੋਂ ਲਗਾਤਾਰ ਜਾਰੀ ਬਰਫ਼ਬਾਰੀ ਨਾਲ ਠੰਡ ਹੋਰ ਜ਼ਿਆਦਾ ਵੱਧ ਗਈ ਹੈ। ਦਿਨ ਦੇ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਬਦਲਾ ਧੁੰਦ ਕਾਰਨ ਦੂਰ ਤੱਕ ਦਿਖਾਈ ਦੇਣਾ ਕਾਫੀ ਘੱਟ ਗਿਆ ਹੈ। ਰਿਪੋਰਟ ਅਨੁਸਾਰ ਸੜਕਾਂ ਤੇ 1 ਫੁੱਟ ਬਰਫ਼ ਜਮ੍ਹਾਂ ਮਗਰੋਂ 13.50 ਫੁੱਟ ਉੱਤੇ ਰੋਹਤਾਂਗ ਦਰੇ ਦੇ ਵਾਹਨਾਂ ਦੀ ਆਵਾਜਾਈ ਰੁਕੀ ਹੋਈ ਹੈ। ਗੱਲ ਕਰਦੇ ਹਾਂ ਅਜੀਤ ਅਖ਼ਬਾਰ ਦੀ। ਅਜੀਤ ਅਖ਼ਬਾਰ ਨੇ ਜਿਹੜੀ ਖ਼ਬਰ ਛਾਪੀ ਹੈ, ਕੀ ਖ਼ਬਰ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਜਾਵਾਂ। ਖਹਿਰਾ ਦਾ ਪੁਤਲਾ ਸਾੜ ਕੇ ਦਿੱਲੀ ਦੇ ਮੁੱਖ ਮੰਤਰੀ ਤੋਂ ਪਾਰਟੀ ਤੋਂ ਬਰਖਾਸਤ ਕਰਨ ਦੀ ਕੀਤੀ ਮੰਗ। ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਨੇ ਸ਼ਨੀਵਾਰ ਨੂੰ ਪੰਜਾਬ ਸਭਾ 'ਚ ਵਿਰੋਧੀ ਧਿਰ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਪੁਲਕ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਅਸਤੀਫੇ ਅਤੇ ਨਸ਼ੇ ਸਮਗਲਿੰਗ ਦੇ ਮਾਮਲੇ 'ਚ ਗ੍ਰਿਫਤਾਰ ਦੀ ਮੰਗ ਕਰਦਿਆਂ ਖਹਿਰਾ ਦਾ ਪੁਤਲਾ ਫੂਕਿਆ। ਇਸ ਤੋਂ ਪਹਿਲਾਂ ਗੁਰਦੁਆਰਾ ਸ਼੍ਰੀ ਸਿੰਘ ਸਾਹਿਬ 'ਚ ਆਯੋਜਿਤ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਸੁਖਦੀਪ ਸਿੰਘ ਸ਼ਿਖਰ ਨੇ ਕਿਹਾ ਕਿ ਮਾਨਯੋਗ ਹਾਈ ਕੋਰਟ ਨੇ ਵਿਧਾਇਕ ਖਹਿਰਾ ਤੇ ਨਸ਼ਾ ਸਮਗਲਿੰਗ ਦੇ ਮਾਮਲੇ 'ਚ ਟ੍ਰਾਇਲ ਨੂੰ ਜਾਰੀ ਰੱਖਣ ਦੇ ਹੁਕਮ ਦੇ ਦਿੱਤੇ ਹਨ। ਰੁਕ ਕਰਦੇ ਹਾਂ ਆਪਣੀ ਅਗਲੀ ਖਬਰ ਵੱਲ। ਬਿਗ ਬੌਸ ਖਿਲਾਫ ਰੋਸ ਪ੍ਰਦਰਸ਼ਨ। ਜੀ ਹਾਂ, ਟੀਵੀ ਲੜੀਵਾਰ ਬਿਗ ਬੌਸ 'ਚ ਅਸ਼ਲੀਲਤਾ ਪੇਸ਼ ਕਰਨ ਦਾ ਦੋਸ਼ ਲਗਾ ਕੇ ਨੈਸ਼ਨਲ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਦੀ ਅਗਵਾਈ 'ਚ ਦਿੱਲੀ ਦੇ ਸਦਰ ਬਾਜ਼ਾਰ ਨੇੜੇ 12 ਟੁੱਟੀ ਚੌਂਕ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ ਤੇ ਰੋਸ ਵਜੋਂ ਟੀਵੀ ਸੈੱਟ ਨੂੰ ਵੀ ਸਾੜਿਆ ਗਿਆ। ਪ੍ਰਦਰਸ਼ਨ ਦੌਰਾਨ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਜਿਸ ਪ੍ਰਕਾਰ ਬਿਗ ਬੌਸ ਲੜੀਵਾਰ 'ਚ ਅਸ਼ਲੀਲਤਾ ਦੀ ਪੇਸ਼ਕਾਰੀ ਕੀਤੀ ਜਾ ਰਹੀ ਹੈ ਉਹ ਬਹੁਤ ਹੀ ਸ਼ਰਮਨਾਕ ਹੈ ਅਤੇ ਉਸ ਦਾ ਸਮਾਜ 'ਤੇ ਬਹੁਤ ਹੀ ਮਾੜਾ ਅਸਰ ਪੈ ਰਿਹਾ ਹੈ। ਉਹਨਾਂ ਕਿਹਾ ਜੇਕਰ ਸਮਾਂ ਰਹਿੰਦੇ ਹੋਏ ਇਸ 'ਤੇ ਰੋਕ ਨਾ ਲਗਾਈ ਗਈ ਤਾਂ ਫਿਰ ਹੋਰਨਾਂ ਟੀਵੀ ਚੈਨਲਾਂ 'ਤੇ ਵੀ ਅਜਿਹੇ ਸ਼ਰਮਨਾਕ ਪ੍ਰੋਗਰਾਮ ਪੇਸ਼ ਕਰਨ ਦਾ ਰੁਝਾਨ ਵੱਧ ਜਾਵੇਗਾ। ਰੁਕ ਕਰਦੇ ਹਾਂ ਆਪਣੀ ਅਗਲੀ ਖਬਰ ਵੱਲ। ਸਕੂਲ ਨੂੰ ਮਨ ਅਨੁਸਾਰ ਨਹੀਂ ਚਲਾ ਸਕਦਾ ਪ੍ਰਬੰਧਨ, ਕਿਹਾ ਸੁਪਰੀਮ ਕੋਰਟ ਨੇ। ਜੀ ਹਾਂ, ਸੁਪਰੀਮ ਕੋਰਟ ਨੇ ਕਿਹਾ ਕਿ ਸਕੂਲ ਪ੍ਰਬੰਧਨ ਆਪਣੇ ਮਨ ਅਨੁਸਾਰ ਸੰਸਥਾ ਨੂੰ ਨਹੀਂ ਚਲਾ ਸਕਦੇ। ਉਹਨਾਂ ਨੇ ਜੋ ਵੀ ਚੰਗਾ ਲੱਗਦਾ ਹੈ ਉਹ ਉਸ ਨੂੰ ਉਸ ਤਰ੍ਹਾਂ ਨਹੀਂ ਕਰ ਸਕਦੇ। ਕੋਰਟ ਨੇ ਇਹ ਸਵਾਲ ਵੀ ਚੁੱਕਿਆ ਸੀ ਕਿ ਸਿੱਖਿਆ ਦਾ ਅਧਿਕਾਰ ਕਾਨੂੰਨ ਪ੍ਰੀ ਸਕੂਲ ਤੇ ਕਿਉਂ ਨਹੀਂ ਲਾਗੂ ਹੋਣਾ ਚਾਹੀਦਾ। ਸੁਪਰੀਮ ਕੋਰਟ ਇਸ ਮਾਮਲੇ ਤੇ ਦਸੰਬਰ 'ਚ ਪੂਰੀ ਸੁਣਵਾਈ ਕਰੇਗਾ।
चीफ जस्टिस दीपक मिश्रा दी प्रधानगी वाली 3 मैंबरी बैच ने पूछा कि सिख्या दा अधिकार RIT 6 to 14 साल दे बच्चियां लई है, पर उना बच्चियां नू उस दे अधीन क्यों नहीं लियाना चाहिदा जो प्री स्कूल च दाखला लेंदे हन। बैच ने कहा सी कि असी गौर कीता है कि अजकल 6 to 8 उम्र च बच्चियां दा स्कूल च दाखिला करवा दिता जांदा है। गल करदे हां अपनी अगली अखबार पंजाबी जागरण दी। जी हां, चंडीगढ़ गैंगरेप ऑटो ड्राइवरां दा रिकॉर्ड खंगालन च जुटी पुलिस, SSP दे लई खास मीटिंग। जी हां, सेक्टर 53 च बीती रात 22 साल लड़की नाल होए सामूहिक बलात्कार तो बाद चंडीगढ़ पुलिस पूरी तरह हरकत च आ गई है। शनिवार नूं SSP चंडीगढ़ ने 16 SHO नाल इस मामले संबंधी मीटिंग की थी अते उन्हां नूं चंडीगढ़ मोहाली अते पंचकूला दे ऑटो ड्राइवरां दा रिकॉर्ड चेक करन दे निर्देश भी दिते। इस तो बाद कार्रवाई तेज करते हुए SHO अपनी अपनी टीमां नाल ट्रायल सिटी दे सारे ऑटो स्टैंड ते जाके ऑटो ड्राइवर दा रिकॉर्ड खंगालन च जुट गए हन तां जो गैंगरेप दे दोषियां दी जल्द तो जल्द भाल कीती जा सके। हालांकि इन्हां दोषियां दीआं तस्वीरां पेट्रोल पंप ते लगे CCTV कैमरा भी कैद हो गईआं हन। रुक करदे हां अपनी अगली खबर वल। सुखबीर सिंह बादल वल्लों खहिरा दी तुरंत गिरफ्तारी दी मंग। जी हां, श्रोमणी अकाली दल दे प्रधान सुखबीर सिंह बादल ने अज इत्थे कहा कि नशा अते हथियार तस्करी मामले च विरोधी धिर दे आगू सुखपाल सिंह खहिरा खिलाफ दोष पत्र आयद हो गया है, इस लई हुण उन्हां दी तुरंत गिरफ्तारी होनी चाहीदी है अते आप पार्टी दे कन्वीनर अरविंद केजरीवाल नूं अपना पक्ष स्पष्ट करदे होए पंजाबियां नूं इह दसना चाहीदा है कि उह किन्नी देर इक नशा तस्करी दे दोषी दी राखी करनगे। अकाली दल दे प्रधान ने कहा कि इह पहली वार होया है कि विधानसभा च संसद विच विरोधी धिर दे आगू खिलाफ ठोस सबूत दे आधार ते इक नशा तस्करी दे मामले विच दोष पत्र आयद होया है। रुक करदे हां अपनी अगली खबर वल। ड्रग मामले च सिद्धू पा रहा है ट्रायल लई कैप्टन दे दबा, कहा मजीठिया ने। जी हां, साबका अकाली भाजपा सरकार च कैबिनेट मंत्री रहे यूथ अकाली दल दे कौमी प्रधान बिक्रम सिंह अते मजीठिया ने करोड़ा दे ड्रग स्कैम ते कहा कि पंजाब हरियाणा हाई कोर्ट तो उन्हां नूं क्लीन चिट मिली हुई है। मजीठिया ने कहा कि कोर्ट तो क्लीन चिट मिलन दे बावजूद मौजूदा कांग्रेस सरकार कैबिनेट मंत्री नवजोत सिंह सिद्धू जान पूछ के सियासी ईरखा दी भावना नाल इस ड्रग मामले च मुख्यमंत्री कैप्टन अमरिंदर सिंह ते ट्रायल लई दबाव बना रहे हन। सो ए सी वख-वख अखबारां दीआं वख-वख खबरां। कल तुहाडे नाल फिर तो इसे वेले रूबरू होवांगे वख-वख अखबारां दीआं वख-वख खबरां लैके। तद तक लई दिओ मैनूं इजाजत। सति श्री अकाल जी। गुरुआं दी बाणी ते पंज दरियावां दा पाणी, नचदे गाउंदे गभरू ते मुटियारां, लहलहाउंदियां फसलां, विसाखी ते लोहड़ी दे त्यौहार ते तियां ते मुटियारां दा जुड़ना, मक्की दी रोटी ते सरों दा साग, फुलकारी दा चानण ते चरखे दी तंद याद दिलाउंदी है सानू साडे अमीर विरसे दी, ते इसे विरसे नूं तुहाडे लई लै के आ रिहा है तुहाडा अपना डिजिटल चैनल अपना विरसा। देखना ना भुलो अपने एंड्रॉयड अते एप्पल फोन ते तुहाडा अपना चैनल अपना विरसा।